वही 3:30 बजे के आसपास आए थे। हाँ, कितने लोग थे? 6 जने थे। अच्छा। यही किनारे पे ही ऐसे नहा रहे थे। अच्छा। तो अचानक से पता नहीं क्या हुआ। हाँ। तो सभी डूब गए। हाँ। इसको मेरे को तो यहाँ से कोई बंदे जो यहाँ बैठे उठे थे। हाँ। तो उन्होंने बचा लिया। अच्छा। जैसे हमें होश आया। हाँ। तो हमने अपने दोस्तों को देखा, नहीं मिले। हाँ। तो जो पास में दोस्त का घर है ना। हाँ। तो उसके भाई फैमिली उन सबको बताया। ਖਿਲਾਫ ਮੁਰਦਾਬਾਦ ਕਰੋ, ਕਿਉਂਕਿ ਉਹਨਾਂ ਨੂੰ ਜਗਾਓ ਸੁੱਤੇ ਪਿਆਂ ਨੂੰ। ਅੱਛਾ, ਕਿਤਨੀ ਉਮਰ ਹੈ? 19 ਸਾਲ। ਕਿਆ ਹੁਆ ਥਾ ਜਬ ਤੁਮ ਨਹਾਨੇ ਆਏ ਥੇ? ਕਿਤਨੇ ਲੋਗ ਥੇ? ਕਿਤਨੇ ਵਜੇ ਆਏ ਥੇ? ਵਹੀ 3:30 ਬਜੇ ਕੇ ਆਸ ਪਾਸ ਆਏ ਥੇ। ਹਾਂ, ਕਿਤਨੇ ਲੋਗ ਥੇ? 6 ਜਣੇ ਥੇ। ਅੱਛਾ। यही किनारे पे ही ऐसे नहा रहे थे। अच्छा। तो अचानक से पता नहीं क्या हुआ। हाँ। तो सभी डूब गए। हाँ। इसको मेरे को तो यहाँ से कोई बंदे जो यहाँ बैठे उठे थे। हाँ। तो उन्होंने बचा लिया। अच्छा। जैसे हमें होश आया। हाँ। तो हमने अपने दोस्तों को देखा, नहीं मिले। हाँ। तो जो पास में दोस्त का घर है ना। हाँ। तो उसके भाई फैमिली उन सबको बताया। हाँ। तो फिर वो लोग आए तो ऐसे फोन करके बुलाया फिर सबको। अच्छा। तक नहीं मिले? नहीं मिले। क्या नाम थे दोस्तों के? आप कितने, क्या क्या नाम थे? समी था। हाँ। सहबाज, समीर। हाँ। और मिसाहुल, एहसान। हाँ। जाहिर। जगदीश बाबा उधर नहीं, अभी मिले ही नहीं वो चारों। नहीं ਸਵੇਰੇ 8 ਵਜੇ ਤੋਂ SDRF ਟੀਮ ਲੱਗੀ ਹੋਈ ਹੈ ਸਾਨੂੰ। ਜਦੋਂ ਜਲੰਧਰ ਤੋਂ ਅਸੀਂ ਜਲੰਧਰ ਤੋਂ SDRF ਟੀਮ ਇੰਚਾਰਜ, ਮੈਂ ਸਬ ਇੰਸਪੈਕਟਰ ਦੀਪਕ ਕੁਮਾਰ। SDRF ਟੀਮ 16 ਮੈਂਬਰੀ ਟੀਮ ਲੈ ਕੇ ਆਇਆ। ਜਦੋਂ SO ਸਾਹਿਬ ਦਾ ਮੈਸੇਜ ਆਇਆ, ਸੁਬਹ ਆ ਗਿਆ ਸੀ। ਅਸੀਂ 8 ਵਜੇ ਤੋਂ ਲੱਗੇ ਨੇ ਇੱਥੇ। ਆਪਾਂ ਕੋਸ਼ਿਸ਼ ਕਰ ਰਹੇ ਨੇ, ਹੁਣ ਤੱਕ ਤਾਂ ਕੋਈ ਕਾਮਯਾਬੀ ਨਹੀਂ ਮਿਲੀ, ਲੇਕਿਨ ਦੇਖ ਰਹੇ ਆਪਾਂ, ਲੱਭ ਰਹੇ ਨੇ। ਕਿੰਨੇ ਮੁੰਡੇ ਦੱਸ ਰਹੇ ਨੇ? 4 ਮੁੰਡੇ ਇਸ ਪੁਆਇੰਟ 'ਚ ਅਤੇ 1 ਮੁੰਡੇ ਪਿੱਛੇ। ਤੇ ਸਾਡੀ ਟੀਮ ਲੱਗੀ ਹੋਈ ਹੈ, ਕੋਸ਼ਿਸ਼ ਕਰ ਰਹੇ ਨੇ। ਲੋਕਾਂ ਨੂੰ ਕੀ ਅਪੀਲ ਹੈ ਸਰ? ਜਿੱਦਾਂ ਨੌਜਵਾਨ ਆਉਂਦੇ ਇੱਥੇ ਵੜ ਜਾਂਦੇ ਆ ਬਿਨਾਂ, ਜਿਨ੍ਹਾਂ ਨੂੰ ਚਾਹੇ ਕਹਿੰਦੇ ਕਿ ਨਹਾਉਣਾ ਵੀ ਤੈਰਨਾ ਆਉਂਦਾ, ਪਰ ਕੀ ਅਪੀਲ ਕਰੋ ਸਰ? ਅਸੀਂ ਰੈਸਕਿਊ ਟੀਮ ਹੈ, ਅਸੀਂ ਅਪੀਲ ਕਰਾਂਗੇ ਕਿ ਤੁਸੀਂ ਅਗਰ ਸਵੀਮਿੰਗ ਆਉਂਦਾ ਫਿਰ ਤੁਸੀਂ ਆਇਆ ਕਰੋ, ਅਗਰ ਨਹੀਂ ਆਉਂਦਾ ਤੁਸੀਂ ਅਨਨੈਸੈਸਰੀ ਕਿਉਂ ਆਪਣਾ ਜਾਨ ਜੋਖਿਮ ਚਲਾਉਂਦੇ? ਲੱਗਦਾ ਨਹੀਂ ਕਿ ਦਰਿਆ ਦੇ ਵਿੱਚ ਵੜਨਾ ਨਹੀਂ ਚਾਹੀਦਾ? ਚਾਹੇ ਚਲੋ, ਜਿਹਨੂੰ ਸਵੀਮਿੰਗ ਆਉਂਦਾ ਤਾਂ ਚਲੋ ਮਾੜਾ ਮੋਟਾ ਕਰ ਲਵੇ ਸਵੀਮਿੰਗ, ਜੇ ਕੋਈ ਆਉਣਾ ਨਹੀਂ ਜਿਹਨੇ, ਪਾਰ ਵਾਲੀ ਪਾਣੀ ਹੈ ਇਹਦੇ ਵਿੱਚ ਪੜਨਾ, ਤਾਂ ਡੁੱਬਣਾ ਹੀ ਡੁੱਬਣਾ ਬੰਦੇ ਨੇ ਜਿਹਨੂੰ ਸਵੀਮਿੰਗ ਨਹੀਂ ਆਉਂਦਾ। ਕਿੰਨਾ ਕੁ ਡੂੰਗਾ ਸਰ ਪਾਣੀ? ਕਾਫੀ ਡੂੰਗਾ, ਕਾਫੀ ਡੂੰਗਾ, 10 ਫੁੱਟ ਇਧਰੋਂ ਅੱਗੇ ਕਾਫੀ। ਪੂਰੇ ਰਾਤ ਦੇ ਲੱਗੇ ਹੋਏ ਹੋ ਰੈਸਕਿਊ ਲੱਗੀ ਹੋਈ ਜੀ? ਰੈਸਕਿਊ ਥਾਣੇ ਵਾਲੀ ਟੀਮ ਤੋਂ ਅੱਗੇ ਰੈਸਕਿਊ ਟੀਮ, ਅਸੀਂ ਸਵੇਰੇ 8 ਵਜੇ ਤੋਂ ਆਏ ਨੇ। ਲੱਗੇ ਹੋਏ ਨੇ ਤੇ ਕਿੰਨੇ ਮੈਂਬਰ ਹੈਗੇ ਸਰ ਕੋਲ? ਰੈਸਕਿਊ ਟੀਮ 16, ਬਾਕੀ ਥਾਣੇ ਵਾਲੇ ਸਾਰੇ, ਪੂਰੇ ਥਾਣਾ ਲੱਗਿਆ ਹੋਇਆ, ਪੂਰਾ ਪ੍ਰਸ਼ਾਸਨ ਸਾਡੇ ਨਾਲ ਹੈ, ਸਾਰਾ ਲੱਗਿਆ ਹੋਇਆ, ਹੈਲਪ ਹੋ ਰਹੀ ਹੈ। ਕੋਈ ਹਜੇ ਪਤਾ ਕੁਝ ਵੀ, ਕੋਈ ਵੀ ਮੁੰਡੇ ਦਾ ਨਹੀਂ ਪਤਾ ਲੱਗਾ? ਨਹੀਂ, ਫਿਲਹਾਲ ਨਹੀਂ ਪਤਾ ਲੱਗਾ। ਸਾਡੀ ਰੈਸਕਿਊ ਟੀਮ ਕਰ ਰਹੀ ਹੈ ਆਪਰੇਸ਼ਨ, ਦੇਖਦੇ ਹਾਂ ਤੁਹਾਨੂੰ ਫਿਰ ਜਿੱਦਾਂ ਵੀ ਹੋਊਗਾ ਤੁਹਾਨੂੰ ਦੱਸਾਂਗੇ।